काम तो आ रहे थे क्या दुकान तो रात फैलकन स्कूल के कोल एक्सीडेंट होया जी आवारा पशु जी विच वज्जी आ जी बाइक ते सीगा मतलब कोई बंदा आम गऊ नूं डंडा मार देवे सिलसा नाल जां कोई बंदा आण के उल्टा बंदे ते कारवाई कर दिंदे आ ते हुण जिहड़ा बंदे जान चले जांदी उह ते कौण कारवाई करूगा गऊ सिस दा जो भी पैसा उह जो भी हैगा इहनां नूं गऊ नूं सांभिया जावे जी जिस तरह वी आ ਕਿ ਆਏ ਦਿਨ ਕੋਈ ਨਾ ਕੋਈ ਘਟਨਾ ਹੁੰਦੀ ਰਹਿੰਦੀ ਹੈ ਨਾ ਕੋਈ ਸਰਕਾਰ ਦੇ ਕੰਮ ਹੈ ਕਹਿੰਦੇ ਕੋਈ ਸਾਡੀ ਕਿਸਮ ਮਾੜੀ ਕਹਿ ਸਕਦੇ ਆਪਾਂ ਨਾ ਕੁਛ ਗਾਂ ਦੀ ਕਿਸਮ ਮਾੜੀ ਹੈ ਕੋਈ ਸਾਡੀ ਕਿਸਮ ਮਾੜੀ ਹੈ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਜਿਹੜਾ ਦਲਜੀਤ ਸਿੰਘ ਮੇਰਾ ਭਾਣਜਾ ਹੈ ਜੀ ਕੰਮ ਤੋਂ ਆ ਰਹੇ ਸੀਗਾ ਦੁਕਾਨ ਤੋਂ ਤੇ ਰਾਤ ਤਕਰੀਬਨ 8 ਦੇ ਕਰੀਬ ਦਾ ਟਾਈਮ ਸੀਗਾ ਆਉਂਦੇ ਪਏ ਤਲਵੰਡੀ ਤੋਂ ਜਿਹੜਾ ਸੁਲਤਾਨਪੁਰ ਰੋਡ ਆ ਫੈਲਕਨ ਸਕੂਲ ਦੇ ਕੋਲ ਐਕਸੀਡੈਂਟ ਹੋਇਆ ਜੀ ਆਵਾਰਾ ਪਸ਼ੂ ਜੀ ਵਿੱਚ ਵੱਜੀ ਆ ਜੀ ਬਾਈਕ ਤੇ ਸੀਗਾ ਹਾਂਜੀ ਉਸ ਤੋਂ ਬਾਅਦ ਜਿੱਥੇ ਸਿਵਲ ਹਸਪੀਟਲ ਸੁਲਤਾਨਪੁਰ ਲੈ ਕੇ ਆਂਦਾ ਜੀ ਇੱਥੇ ਚਲੋ ਜੋ ਵੀ ਇਹਨਾਂ ਨੇ ਥੋੜਾ ਬਹੁਤ ਟ੍ਰੀਟਮੈਂਟ ਕੀਤਾ ਜੀ ਤੇ ਸਾਨੂੰ ਫਿਰ ਅਸੀਂ ਆਪਣੇ ਪ੍ਰਾਈਵੇਟ ਵਹੀਕਲ 'ਚ ਲੈ ਕੇ ਗਏ ਸਾਨੂੰ ਐਂਬੂਲੈਂਸ ਨਹੀਂ ਮਿਲੀ ਇਹਨਾਂ ਕੋਲੋਂ ਜੀ ਇੱਥੋਂ ਹਾਂਜੀ ਰੋਜ਼ਾਨਾ ਜਿਹੜੀਆਂ ਘਟਨਾਵਾਂ ਹੁੰਦੀਆਂ ਵਾ ਹਾਂਜੀ ਗਊ ਸਿਸ ਦਾ ਜੋ ਵੀ ਪੈਸਾ ਉਹ ਜੋ ਵੀ ਹੈਗਾ ਇਹਨਾਂ ਨੂੰ ਗਊ ਨੂੰ ਸਾਂਭਿਆ ਜਾਵੇ ਜੀ ਜਿਸ ਤਰ੍ਹਾਂ ਵੀ ਆ ਕਿ ਆਏ ਦਿਨ ਕੋਈ ਨਾ ਕੋਈ ਘਟਨਾ ਹੁੰਦੀ ਰਹਿੰਦੀ ਹੈ ਨਾ ਇਸ ਕਰਕੇ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜੀ ਲੱਖਾਂ ਦੀ ਦੁਨੀਆ ਮਰ ਰਹੀ ਆ ਆਪਾਂ ਦੇਖ ਹਜ਼ਾਰਾਂ ਦੀ ਦੁਨੀਆ ਰੋਜ਼ ਮਰ ਰਹੀ ਹੈ ਮਤਲਬ ਕੋਈ ਬੰਦਾ ਆਮ ਗਊ ਨੂੰ ਡੰਡਾ ਮਾਰ ਦੇਵੇ ਸਿਲਸਾ ਨਾਲ ਜਾਂ ਕੋਈ ਬੰਦਾ ਆਣ ਕੇ ਉਲਟਾ ਬੰਦੇ ਤੇ ਕਾਰਵਾਈ ਕਰ ਦਿੰਦੇ ਆ ਤੇ ਹੁਣ ਜਿਹੜਾ ਬੰਦੇ ਜਾਣ ਚਲੇ ਜਾਂਦੀ ਉਹ ਤੇ ਕੌਣ ਕਾਰਵਾਈ ਕਰੂਗਾ ਜਿਹਦੇ ਸਿਫਸਾਨ ਵਾਲੇ ਕਰਨ ਆ ਜਿਹੜੇ ਗੋਕ ਟੈਕਸ ਦਾ ਲੈਂਦੇ ਉਹ ਕਰਨ ਜੇ ਉਹਦੇ ਡੰਡਾ ਮਾਰਦੇ ਤਾਂ ਉਹਦੇ ਮੁੱਲ ਪੈਂਦਾ ਤੇ ਜੇ ਬੰਦੇ ਦਾ ਬੰਦਾ ਦਾ ਕੋਈ ਮੁੱਲ ਨਹੀਂ ਬੰਦੇ ਦਾ ਮੁੱਲ ਕੋਈ ਨਹੀਂ ਤੁਸੀਂ ਕੋਰਟ ਦਾ ਰੁਕ ਕਰੋਗੇ ਇਸ ਮਾਮਲੇ ਨੂੰ ਲੈ ਕੇ ਹਾਂਜੀ ਕੋਰਟ ਦਾ ਰੁਕ ਕਰਨ ਜਾ ਰਹੇ ਹੋ ਇਸ ਮਾਮਲੇ ਨੂੰ ਲੈ ਕੇ ਬਿਲਕੁਲ ਜੀ ਅਸੀਂ ਜਾਵਾਂਗੇ ਉੱਥੇ ਜਾਵਾਂਗੇ ਅਸੀਂ ਕਰਾਂਗੇ ਕੇਸ ਤੇ ਜੋ ਮਰਜ਼ੀ ਹੋ ਜਾਵੇ ਤੇ ਆਪਦਾ ਮੁਆਵਜ਼ਾ ਪੂਰਾ ਲਵਾਂਗੇ ਉਹਦਾ ਸਰਕਾਰ ਦੀ ਨਕਾਮੀ ਗਿਣਦੇ ਇਸ ਗੱਲ ਦੇ ਵਿੱਚ ਕੋਈ ਸਰਕਾਰ ਦੇ ਕੰਮ ਹੈ ਕਹਿੰਦੇ ਕੋਈ ਸਾਡੀ ਕਿਸਮ ਮਾੜੀ ਕਹਿ ਸਕਦੇ ਆਪਾਂ ਜਾਂ ਨਾ ਵੱਜਦਾ ਕੋਈ ਟਾਈਮ ਵੱਜ ਜਾਂਦਾ ਤਾਂ ਬਚਾਅ ਹੋ ਜਾਂਦਾ ਨਾ ਕੁਛ ਗਾਂ ਦੀ ਕਿਸਮ ਮਾੜੀ ਹੈ ਕੋਈ ਸਾਡੀ ਕਿਸਮ ਮਾੜੀ ਹੈ ਕੱਲ ਸ਼ਾਮ 8:30 ਵਜੇ ਸਾਡੇ ਕੋਲ ਮਰੀਜ਼ ਆਏ ਸੀਗੇ ਦਲਜੀਤ ਸਿੰਘ ਸਨ ਆਫ ਸੁਰਜੀਤ ਸਿੰਘ ਉਹ ਇੱਧਰ ਸਵਾਲ ਪਿੰਡ ਦੇ ਕੋਲ ਉਹਨਾਂ ਦਾ ਸੜਕ ਹਾਦਸਾ ਹੋਇਆ ਸੀ ਉਹ ਬਾਈਕ 'ਤੇ ਜਾ ਰਹੇ ਸੀਗੇ ਅਤੇ ਕਿਸੇ ਪਸ਼ੂ ਦੇ ਵਿੱਚ ਵੱਜੇ ਸੀਗੇ ਸਾਡੇ ਕੋਲ ਜਦੋਂ ਲੈ ਕੇ ਆਏ ਨੇ ਤਾਂ ਉਹਨਾਂ ਦੇ ਕੰਨਾਂ 'ਚੋਂ ਅਤੇ ਨੱਕਾਂ 'ਚੋਂ ਨੱਕ ਦੇ ਵਿੱਚੋਂ ਅਤੇ ਕੰਨ 'ਚੋਂ ਬਲੀਡਿੰਗ ਹੋ ਰਹੀ ਸੀ ਅਤੇ ਇੱਥੇ ਡਾਕਟਰ ਸਾਹਿਬ ਨੇ ਫਸਟ ਏਡ ਦਿੱਤਾ ਅਤੇ ਅੱਗੇ ਉਹਨਾਂ ਨੂੰ ਰੈਫਰ ਕਰਤਾ ਐਕਚੁਅਲੀ ਐਂਬੂਲੈਂਸ ਜੋ ਹੈ 108 ਐਂਬੂਲੈਂਸ ਸਾਡੇ ਅੰਡਰ ਨਹੀਂ ਆਉਂਦੀ ਉਹਦੇ ਉਹਦਾ ਹੈੱਡਕੁਆਟਰ 108 ਦਾ ਅੰਮ੍ਰਿਤਸਰ ਹੈ ਅਤੇ ਉਹਨਾਂ ਦਾ ਜਿਹੜਾ ਹੈਲਪਲਾਈਨ ਪੋਰਟਲ ਹੈ 108 ਹੈਗਾ ਅਤੇ ਫੈਮਿਲੀ ਮੈਂਬਰ ਆਪਣਾ ਕਹਿ ਰਹੇ ਸੀਗੇ ਪੇਸ਼ੈਂਟ ਨੂੰ ਅੱਛੇ ਇਲਾਜ ਵਾਸਤੇ ਪ੍ਰਾਈਵੇਟ ਹੋਸਪਿਟਲ ਸਤਿਅਮ ਹੋਸਪਿਟਲ ਜਲੰਧਰ ਲੈ ਕੇ ਜਾਣਾ ਚਾਹੁੰਦੇ ਸੀਗੇ ਤੋ ਇਸ ਚੀਜ਼ ਦੀ ਜਦੋਂ 108 ਦੇ ਉੱਤੇ ਰਿਕੁਐਸਟ ਕੀਤੀ ਗਈ ਤਾਂ ਉਹਨਾਂ ਨੇ ਰਿਫਿਊਜ਼ ਕਰਤਾ ਕਿਉਂਕਿ ਉਹ ਸਰਕਾਰੀ ਹੋਸਪਿਟਲਸ ਦੇ ਵਿੱਚ ਹੀ ਆਪਣਾ ਪੇਸ਼ੈਂਟ ਨੂੰ ਲੈ ਕੇ ਜਾਂਦੇ ਹੈਗੇ ਨੇ ਅਤੇ ਉਹ ਕੋਈ ਵੀ ਉਸ 108 ਦੇ ਉੱਤੇ ਫੋਨ ਕਰਕੇ ਐਂਬੂਲੈਂਸ ਦੀ ਰਿਕੁਐਸਟ ਕਰ ਸਕਦਾ ਹੈਗਾ ਅਤੇ ਫਿਰ ਇਸ ਕਰਕੇ ਐਂਬੂਲੈਂਸ 108 ਵਾਲਿਆਂ ਨੇ ਉਹਨਾਂ ਨੂੰ ਰਿਕੁਐਸਟ ਨੂੰ ਐਕਸੈਪਟ ਨਹੀਂ ਕੀਤਾ ਹੁਣ ਪੇਸ਼ੈਂਟ ਦੀ ਡੈਥ ਹੋ ਗਈ ਸੀਗੀ ਅਤੇ ਹੁਣ ਉਹਨਾਂ ਦਾ ਪੇਸ਼ੈਂਟ ਦਾ ਪੋਸਟਮਾਰਟਮ ਹੁਣ ਡਿਜ਼ੀਜ਼ ਦਾ ਹੋ ਰਿਹਾ ਹੈਗਾ ਪੋਸਟਮਾਰਟਮ ਤੋਂ ਬਾਅਦ ਫੈਮਿਲੀ ਮੈਂਬਰਸ ਨੂੰ ਮਾਰਟਲ ਰਿਮੇਨਸ ਦੇ ਦਿੱਤੇ ਜਾਣਗੇ